ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਸ਼ਰਾਬ ਠੇਕੇਦਾਰਾਂ ਦੀ ਗੱਡੀ ਨੇ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਠੇਕੇਦਾਰਾਂ ਦੇ ਖਿਲਾਫ਼ ਭੜਕੀ ਭੀੜ ਨੇ ਦੋਵੇਂ ਬਲੈਰੋ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਸ਼ਰਾਬ ਦੇ ਠੇਕਿਆਂ ਨੂੰ ਫੂਕ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕਰ ਲਿਆ, ਜਦਕਿ ਸ਼ਰਾਬ ਠੇਕੇਦਾਰਾਂ ਦੇ ਖਿਲਾਫ਼ ਸਾਰੇ ਸ਼ਹਿਰ ਦੇ ਬਾਜ਼ਾਰ ਬੰਦ ਹੋ ਗਏ। ਪੁਲਿਸ ਨੇ ਸ਼ਰਾਬ ਠੇਕੇਦਾਰ ਦੇ ਚਾਰੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਉਸ ਸਮੇਂ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਨੇ ਸਕੂਟੀ ਤੇ ਸਵਾਰ ਦੋ ਨੌਜਵਾਨਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਤੇ ਸਵਾਰ ਸੁਬੇਗ ਸਿੰਘ ਅਤੇ ਸੰਜੀਵ ਕੁਮਾਰ ਨਾਮਕ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਸ ਨਾਲ ਗੁੱਸਾਈ ਭੀੜ ਨੇ ਠੇਕੇਦਾਰਾਂ ਦੀਆਂ ਦੋਵੇਂ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਬਾਜ਼ਾਰ ਵਿੱਚ ਉਹਨਾਂ ਦੇ ਦੋਵੇਂ ਠੇਕਿਆਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਭੜਕੀ ਭੀੜ ਨੇ ਕਸਬੇ ਦੇ ਬਾਜ਼ਾਰ ਵੀ ਬੰਦ ਕਰਵਾ ਦਿੱਤੇ। ਮ੍ਰਿਤਕ ਦੇ ਪਰਿਵਾਰ ਦਾ ਆਰੋਪ ਹੈ ਕਿ ਸ਼ਰਾਬ ਠੇਕੇਦਾਰਾਂ ਨੇ ਜਾਣ ਬੁੱਝ ਕੇ ਆਪਣੀ ਗੱਡੀ ਨਾਲ ਸਕੂਟੀ ਨੂੰ ਪਿੱਛੋਂ ਟੱਕਰ ਮਾਰੀ ਹੈ। ਉਹਨਾਂ ਨੇ ਜਾਣ ਕੇ ਐਕਸੀਡੈਂਟ ਕਰਕੇ ਸਾਡੇ ਨੌਜਵਾਨਾਂ ਦਾ ਕਤਲ ਕੀਤਾ। ਸਾਡੇ ਨੌਜਵਾਨ ਨਾਲ ਦੇ ਹੀ ਇਲਾਕੇ ਵਿੱਚ ਦੂਜੇ ਸ਼ਰਾਬ ਦੇ ਠੇਕੇਦਾਰਾਂ ਕੋਲ ਕੰਮ ਕਰਦੇ ਸੀ ਅਤੇ ਇਸੇ ਨੂੰ ਲੈ ਕੇ ਇਹ ਠੇਕੇਦਾਰ ਸਾਡੇ ਨੌਜਵਾਨਾਂ ਨਾਲ ਖੁੰਦਕ ਰੱਖਦੇ ਸਨ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀ ਠੇਕੇਦਾਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਸਾਨੂੰ ਇਨਸਾਫ਼ ਦਵਾਏ। ਘਟਨਾ ਵੀ ਮੁੰਡੇ ਸਾਡੇ ਗਏ ਸੀ ਉੱਧਰ, ਮੁੰਡਾ ਇੱਕ ਕੋਟ ਦਾ, ਉਹਨਾਂ ਦੀ ਪੈਲੀ ਹੈ ਉੱਧਰ, ਮੇਰਾ ਭਤੀਜਾ ਦੇ ਨਾਲ ਸੀ ਪੈਲੀ 'ਚ ਆਉਂਦੇ, ਇੱਕ ਸਹਿਜਵਾਨੇ ਨੇ ਪਿੱਛੋਂ ਲਿਆ ਕੇ ਜਿਹੜੀ ਹੈ ਗੱਡੀ ਇਹਨਾਂ ਦੇ ਵਿੱਚ ਬਹੁਤ ਸਪੀਡ 'ਚ ਮਾਰੀ, ਸਕੂਟਰੀ ਦੇ ਤਾਂ ਦੋ ਟੁੱਟੇ ਹੋ ਗਏ ਅਤੇ ਸਾਡਾ ਮੁੰਡਾ ਤਾਂ ਧੌਣ ਟੁੱਟ ਗਈ ਇਹਦੀ, ਦੋਨਾਂ ਦੀ ਤਬੀਅਤ ਕਹਿੰਦੇ ਦੋਨਾਂ ਦੀ ਧੌਣ ਟੁੱਟ ਗਈ ਮੌਕੇ 'ਤੇ, ਵਿਚਾਰੇ ਡੈਡ ਹੋ ਗਏ। ਕੀ ਨਾਮ ਸੀ ਦੋਨਾਂ ਨੂੰ ਮਰਨ ਵਾਲਿਆਂ ਦਾ? ਇੱਕ ਦਾ ਨਾਂ ਦੇਬੂ ਸੀ, ਇੱਕ ਦਾ ਨਾਂ ਗੋਰੂ ਸੀ। ਕਿੰਨੀ ਉਮਰ ਸੀ ਇਹਨਾਂ ਦੀ? ਦੇਬੂ 31 ਸਾਲ ਦਾ। 31 ਸਾਲ ਦਾ ਹੋਣਾ ਅਤੇ ਸਾਡਾ ਮੁੰਡਾ ਜਿਹੜਾ ਸੀ 25 ਸਾਲ ਦਾ ਹੋਣਾ, 25-26 ਸਾਲ ਦਾ। ਗੱਡੀ ਕਿੰਨਾ ਦੀ ਸੀ ਜਿਹਨਾਂ ਨਾਲ ਟਕਰਾਈ? ਗੱਡੀ ਸਾਈਜ਼ ਵਾਲਿਆਂ ਦੀ। ਅਸੀਂ ਇਹ ਚਾਹੁੰਦੇ ਹਾਂ ਪ੍ਰਸ਼ਾਸਨ ਜਿਹੜਾ ਕਾਰਵਾਈ ਕਰੇ ਅਤੇ ਉਹਨਾਂ ਨੂੰ ਸਜ਼ਾ ਦਵਾਏ, ਕਿਉਂਕਿ ਉਹਨਾਂ ਨੇ ਵੀ ਪਿੱਛੋਂ ਮਾਰੀ, ਜਾਣ ਬੁੱਝ ਕੇ ਮਾਰੀ। ਇੰਸੀਡੈਂਟ ਜਿਹੜੇ ਠੇਕੇਦਾਰ ਨੇ ਇੱਥੇ, ਇਹ ਗੁੰਡਾਗਰਦੀ ਬਹੁਤ ਇਹਨਾਂ ਦੀ ਜ਼ਿਆਦਾ ਮਵਿਤਾਂ ਸੀ। ਇਹਨਾਂ ਨੇ ਸਾਡਾ ਮੁੰਡੇ ਦੋ ਸਵੇਰੇ ਉੱਧਰੋਂ ਆ ਰਹੇ ਸੀਗੇ, ਇਹਨਾਂ ਦੀ ਕੋਈ ਆਪਸੀ ਰੰਜਿਸ਼ ਸੀਗੀ। ਕੋਈ ਇੱਕ ਮੁੰਡਾ ਸਾਡਾ ਜਿਹੜਾ ਉਹ ਕਰਦਾ ਸੀਗਾ ਕੰਮ ਉੱਥੇ ਰਮਦਾਸ ਐਕਸਾਈਜ਼ ਵਾਲਿਆਂ ਨਾਲ, ਜਾਂ ਪਾਰਟਨਰ ਸੀ ਉਹ, ਉਹਨਾਂ ਨਾਲ ਆਪਸ ਸ਼ਰਾਬ ਦੀ ਉਹਨਾਂ ਦੀ ਕੋਈ ਹੁੰਦੀ ਹੈ, ਠੇਕੇਦਾਰ ਦੀ ਆਪਸੀ ਰੰਜਿਸ਼, ਜਿਹਦੇ 'ਚ ਇਹਨਾਂ ਨੇ ਉਹਨਾਂ ਨੂੰ ਸਵੇਰੇ ਸ਼ਹਿਰ ਲੈ ਕੇ ਮਗਰ ਗੱਡੀਆਂ ਲਾਈਆਂ, ਦੋ ਗੱਡੀਆਂ ਲਾ ਕੇ ਗੱਡੀ ਮਾਰੀ ਆ। ਬੰਦਾ ਇੱਕ ਵਾਰੀ ਮਰ ਗਏ ਆ, ਡਿੱਗ ਪਏ, ਫਿਰ ਇੱਕ ਬੰਦਾ ਸਹਿਕਦਾ ਉੱਠਿਆ, ਇਹਨਾਂ ਨੇ ਫਿਰ ਪਿੱਛੇ ਕਰਕੇ ਗੱਡੀ ਚੜਾਈ ਉੱਥੇ ਦੁਬਾਰਾ, ਦੋਹਰੇ ਗੱਡੀ ਮਤਲਬ ਇੰਟੈਂਸ਼ਨਲੀ ਇਹਨਾਂ ਨੇ ਪੂਰਾ ਗਦਰ ਪਾਇਆ ਇੱਥੇ। ਇਸ ਤਰੀਕੇ ਦੀ ਜਿਹੜੀ ਹੈ ਬਹੁਤ ਗਲਤ
ਵਾਰਦਾਤ ਹੋਈ ਹੈ ਜੀ। ਤਿੰਨ ਨੌਜਵਾਨ ਬੱਚੇ ਸਾਡੇ ਮਾਰਤੇ ਇਹਨਾਂ ਨੇ ਬਿਨਾਂ ਕਿਸੇ ਗੱਲ ਤੋਂ। ਅੱਜ ਲੋਕਲ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਦਾ ਵਹੀਕਲ ਸੀ, ਗੱਡੀ ਸੀ ਉਹਨਾਂ ਦੀ, ਉਹਦੇ ਅੱਗੇ ਇੱਕ ਸਕੂਟਰ ਸੀ ਜਿਹਦੇ ਵਿੱਚ ਲੱਗਣ ਕਰਕੇ ਦੋ ਵਿਅਕਤੀਆਂ ਦੀ ਡੈਥ ਹੋ ਗਈ ਹੈ, ਪਰ ਇਹ ਗੱਡੀ ਜਿਹੜੀ ਇਹ ਮਗਰੋਂ ਲੱਗੀ ਹੈ, ਉਹਦੇ ਕਰਕੇ 302 ਦਾ ਕੇਸ ਰਜਿਸਟਰ ਕੀਤਾ ਗਿਆ ਅਤੇ ਜਿਹਦੇ ਵਿੱਚ ਉਹਨਾਂ ਨੇ 4 ਬੰਦਿਆਂ ਦੇ ਖਿਲਾਫ਼ ਕੇਸ ਰਜਿਸਟਰ ਕਰਾਇਆ, ਜਿਨ੍ਹਾਂ ਦੀ ਅਰੈਸਟ ਲਈ ਅਲੱਗ ਅਲੱਗ ਪਾਰਟੀਆਂ ਭੇਜ ਦਿੱਤੀਆਂ ਨੇ। ਉਸ ਤੋਂ ਬਾਅਦ ਮੌਬ ਇਕੱਠੀ ਹੋਈ ਹੈ ਜਿਨ੍ਹਾਂ ਦੇ ਉਹਦੇ ਠੇਕੇਦਾਰ ਜਿਹੜੇ ਸ਼ਰਾਬ ਦੇ ਨੇ ਉਹਨਾਂ ਦੀਆਂ 2 ਗੱਡੀਆਂ ਨੂੰ ਅੱਗ ਲੱਗੀ ਹੈ, 2 ਠੇਕੇ ਦਾ ਨੁਕਸਾਨ ਹੋਇਆ। ਇਹਨਾਂ ਗੱਡੀਆਂ ਦੇ ਲਈ ਹਜੇ ਤੱਕ ਇਹ ਗੱਲ ਨਹੀਂ ਸਮਝ ਆਈ, ਉਹ ਵੈਰੀਫਾਈ ਕਰ ਲਈ ਨਹੀਂ ਹਜੇ ਤੱਕ ਕੁਛ। ਉਹ ਇਨਵੈਸਟੀਗੇਸ਼ਨ ਦਾ ਪੁਆਇੰਟ ਹੈ ਜਿਹਦੇ ਉਹਨਾਂ ਲਿਖਾਰੇ ਨੇ ਕੋਈ ਪਹਿਲਾਂ ਸ਼ਾਇਦ ਇੱਥੇ ਕੰਮ ਕਰਦਾ ਸੀ, ਹੁਣ ਰਮਦਾਸ ਕੰਮ ਕਰਦਾ, ਵੀ ਉਹਦੇ ਕਰਕੇ ਇਹਨਾਂ ਦੀ ਪਹਿਲਾਂ ਹੋਈ ਹੈ, ਉਹ ਇਨਵੈਸਟੀਗੇਸ਼ਨ ਸਾਰਾ ਕੁਛ। 4 ਬੰਦੇ ਉਹਨਾਂ ਦੇ, ਇੱਕ ਤਾਂ ਬਿੱਲਾ ਡਰਾਈਵਰ ਹੈ, ਸੁਰਜੀਤ ਸਿੰਘ, ਜਗਤਾਰ ਸਿੰਘ, ਅਮਨ ਸਿੰਘ ਅੰਮ੍ਰਿਤਸਰ ਦਾ, ਇਹਨਾਂ ਦੇ ਖਿਲਾਫ਼ ਕਰਾਇਆ ਗਿਆ। ਇੱਕ ਕੋਈ ਨਿਰਮਲ ਸਿੰਘ, ਇਹ ਮੌਬ ਵੱਲੋਂ ਕੀਤਾ ਗਿਆ, ਇਹਦਾ ਵੀ ਸਾਹਮਣੇ ਆਉਣ 'ਤੇ ਜੋ ਵੀ ਹੈ। ਹਾਂ ਉਹ ਵੀ ਇਨਵੈਸਟੀਗੇਸ਼ਨ ਕਰਾਂਗੇ। ਦੀਨਾਨਗਰ ਤੋਂ ਰਾਜੇਸ਼ ਅਲੂਣਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।